ਸੋਚ ਕਰਕੇ ਬਾਈ ਬਾਰੇ ਕਹਿ ਦਿੰਦੇ ਆ ਕਿ ਬਾਈ ਤੂੰ ਵੋਟਾਂ ਤੋੜਨ ਲਈ ਖੜਾ ਹੋ ਗਿਆ ਤੂੰ ਕਿਉਂ ਖੜਾ ਹੋ ਗਿਆ ਤੂੰ ਕਿਉਂ ਬੋਲਦਾ ਜੇ ਇਹਦਾ ਮਤਲਬ ਬਾਦਲ ਮਾਰੇ ਹੈ ਕਾਂਗਰਸ ਮਾਰੀ ਆ ਪੰਜਾਬ ਨੂੰ ਤਬਾਹ ਕੀਤਾ ਦੋਨਾਂ ਪਾਰਟੀਆਂ ਨੇ ਤਾਂ ਤੁਸੀਂ ਜੋ ਮਰਜ਼ੀ ਕਰੀਏ ਅਸੀਂ ਬੋਲਗੇ ਵੀ ਨਾ ਮੇਰੇ ਅੱਜ ਵੀ ਸਵਾਲ ਆ ਕਿਤਾਬ ਚੱਕ ਕੇ ਲਿਆਈ ਬਾਈ ਕਿਤਾਬ ਲਿਆ ਚੱਕ ਕੇ ਬਾਈ ਮੇਰੇ ਅੱਜ ਵੀ ਸਵਾਲ ਹੈ ਮੇਰੇ ਸਵਾਲਾਂ ਦੇ ਜਵਾਬ 19 ਤਰੀਕ ਤੱਕ ਦੇ ਦੇਣ 19 ਤਰੀਕ ਤੱਕ ਵੋਟਾਂ ਦੇ ਵਿੱਚ ਬਹਿ ਜਾਊਗਾ ਜਾ ਕੇ ਔਰ 19 ਤਰੀਕ ਆਥਰੇ ਕਹਿ ਦੂੰਗਾ ਵੀ ਕੱਲ ਨੂੰ ਇਹਨਾਂ ਨੂੰ ਵੋਟਾਂ ਪਾ ਦਿਓ ਮੇਰੀ ਇੱਕ ਗੱਲ ਦਾ ਜਵਾਬ ਮੇਰਾ ਚੈਲੰਜ ਹੈ ਮੇਰੀ ਚੁਣੌਤੀ ਹੈ ਦੇ ਦੇਣ ਮੈਂ ਪਾਣੀਆਂ ਦੀ ਗੱਲ ਕਰਦਾ ਕਿ 1957 ਤੋਂ ਬਾਅਦ ਪੰਜਾਬ ਦੇ ਪਾਣੀ ਲੁੱਟ ਕੇ ਦਿੱਲੀ ਦੇ ਰਾਜਸਥਾਨ ਲੈ ਗਿਆ ਕੇਜਰੀਵਾਲ ਇੱਕ ਬਿਆਨ ਦੇ ਦੇ ਕੇ ਪਾਣੀ ਪੰਜਾਬ ਦੇ ਹੈ ਹੱਕ ਪੰਜਾਬ ਨੂੰ ਮਿਲਣਾ ਚਾਹੀਦਾ ਹੈ ਨਹੀਂ ਚੋਣ ਲੜਦਾ ਪ੍ਰੋਫੈਸਰ ਦਵਿੰਦਰ ਪਾਲ ਭੁੱਲਰ ਦੀ ਰਿਹਾਈ ਕੇਜਰੀਵਾਲ ਦੇ ਦਸਤਾਂ ਕਰਕੇ ਖੜੀ ਹੈ ਆਹ ਪ੍ਰੋਫੈਸਰ ਬਲਜਿੰਦਰ ਕੌਰ ਕਹਿੰਦੀ ਕਿ ਜੇ ਭੁੱਲਰ ਛੱਡਤਾ ਹਿੰਦੂਆਂ ਦੀ ਬੋਲ ਟੁੱਟ ਜਾਣੀ ਹੈ ਗੱਲ ਹਿੰਦੂ ਸਿੱਖ ਦੀ ਕਿੱਥੇ ਆਈ ਗੱਲ ਇਨਸਾਫ਼ ਦੀ ਹੈ ਕੋਈ 30 ਸਾਲ ਦਾ ਬੰਦਾ ਕੋਈ 40 ਸਾਲ ਦਾ ਬੰਦਾ ਹੈ ਜਾਂ ਪੂਰੀਆਂ ਕਰ ਲਿਆ ਕੋਰੋਨਾ ਦੇ ਵਿੱਚ ਬਾਈ ਮਹੀਨਾ ਅੰਦਰ ਬੰਦ ਰਹੇ ਸੀ ਘਰਾਂ ਚ ਚੀਕਾਂ ਪੈ ਗਈਆਂ ਲੋਕਾਂ ਦੀਆਂ ਚੀਕਾਂ ਕੋਈ 30 ਸਾਲ ਤੋਂ 40 ਸਾਲ ਤੋਂ ਬੰਦ ਹੈ ਉਹ ਸਾਡੇ ਕਰਕੇ ਬੰਦ ਹੈ ਕੋਈ ਜ਼ਮੀਨ ਦਾ ਝਗੜਾ ਨਹੀਂ ਕੋਈ ਖਾਬ ਕੋਈ ਵਰਤਾ ਰੌਲਾ ਨਹੀਂ ਜ਼ਿੰਦਗੀਆਂ ਤਬਾਹ ਹੋ ਗਈਆਂ ਕਾਲ ਕੋਠੜੀਆਂ ਚ ਬੰਦਾ 6x6 ਦਾ ਸੈੱਲ ਹੁੰਦਾ ਕਿਤੇ ਬੰਦੇ ਨੂੰ ਬੰਦ ਕਰਦੇ ਹੈ ਤੇ ਕਈ ਕਿਦਨ ਸੂਰਜ ਨਹੀਂ ਦਿਖਦਾ ਕਿਹਦੀ ਖਾਤਰ ਆ ਬਾਈ ਮਗਰ ਪਰਿਵਾਰ ਤਬਾਹ ਹੋ ਗਏ ਕਿਹਦੀ ਖਾਤਰ ਅਸੀਂ ਅੱਜ ਉਹਨਾਂ ਦੀ ਵੀ ਗੱਲ ਨਾ ਕਰੀਏ ਯਾਰ ਇਹ ਮੇਰੇ ਸਵਾਲ ਹੈ ਆ ਜਿਹੜੇ ਕਹਿੰਦੇ ਜੀ ਇਨਕਲਾਬ ਲੈ ਕੇ ਆਵਾਂਗੇ ਆਮ ਲੋਕਾਂ ਦੀ ਪਾਰਟੀ ਹੈ 58 ਬੰਦਿਆਂ ਨੂੰ ਢਿੱਡ ਦਿੱਤੀ 58 ਬੰਦਿਆਂ ਨੂੰ ਜੋ ਬੀਜੇਪੀ ਕਾਂਗਰਸ ਔਰ ਅਕਾਲੀ ਦਲ ਦੇ MLA ਮੰਤਰੀ ਰਹੇ ਹੈ ਜਗਿੰਦਰ ਮਾਨ ਫਲਵਾੜਾ ਚੋਣ ਲੜ ਰਿਹਾ ਤਿੰਨ ਵਾਰੀ ਕਾਂਗਰਸ MLA ਰਿਹਾ ਇੱਕ ਵਾਰੀ ਕਾਂਗਰਸ ਦਾ ਮੰਤਰੀ ਰਿਹਾ ਉਹਨੂੰ ਢਿੱਡ ਦਿੱਤੀ ਗਈ ਹੈ ਪੂਰੇ 58 ਬੰਦੇ ਹੈ ਆ ਬਲਕਾਰ ਸਿੱਧੂ ਤਲਵੰਡੀ ਸਾਬੋ ਜਿਮਣੀ ਚੋਣ ਲੜਿਆ ਕੂਤਰਬਾਈ ਦਾ ਇਲਜ਼ਾਮ ਲੱਗਾ ਟਿਕਟ ਕੱਟਤੀ ਪੱਤਰਕਾਰਾਂ ਨੇ ਪੁੱਛਿਆ ਭਾਈ ਕਿਉਂ ਆ ਗਿਆ ਪਾਰਟੀ ਚੋਂ ਕੱਢਤਾ ਕਹਿੰਦਾ ਕੱਢਿਆ ਨੀ ਮੈਂ ਦੱਸ ਵੀ ਆ ਗਿਆ ਕਹਿੰਦੇ ਕਿਉਂ ਆ ਗਿਆ ਕਹਿੰਦਾ ਝਾੜੂ ਤੀਲਾ ਤੀਲਾ ਹੋ ਗਿਆ ਕਾਂਗਰਸ ਚ ਵਾ ਗਿਆ SS ਬੋਰਡ ਦਾ ਮੈਂਬਰ ਰਿਹਾ 3 ਸਾਲ ਹੁਣ ਪੁੱਛੋ ਫੋਨ ਤੋਂ ਝਾੜੂ ਵੱਲੋਂ ਚੋਣ ਲੜ ਰਿਹਾ ਵੀ ਝਾੜੂ ਇਕੱਠਾ ਹੋ ਗਿਆ ਬੱਬੀ ਬਾਦਲ ਜਿਹੜੇ ਬਾਦਲਾਂ ਨੂੰ ਕਹਿੰਦੇ ਬਾਦਲਾਂ ਦਾ ਖੂਨ ਗੰਦਾ ਹੈ ਇਹਨਾਂ ਨੇ ਪੰਜਾਬ ਤਬਾਹ ਕਰਤਾ ਬੱਬੀ ਬਾਦਲ ਪ੍ਰਕਾਸ਼ ਬਾਦਲ ਦਾ ਸਗਾ ਭਤੀਜਾ ਆਮ ਆਦਮੀ ਪਾਰਟੀ ਚ ਆ ਗਿਆ ਹੁਣ ਖੂਨ ਚੰਗਾ ਹੋ ਗਿਆ ਸਾਫ਼ ਹੋ ਗਿਆ ਸੋਡੇ ਚ ਆ ਕੇ ਬੰਦਾ ਇਮਾਨਦਾਰ ਹੋ ਜਾਂਦਾ ਹੈ ਦੂਜੇ ਪਾਸੇ ਬੰਦਾ ਬੇਈਮਾਨਾ ਠਾਗਾ ਚੋਰ ਹੈ ਜਵਾਬ ਦੇ ਦੇਣ 58 ਬੰਦੇ 58 ਪੂਰੇ ਜੋ ਬੀਜੇਪੀ ਕਾਲਜ ਦੇ ਕਾਂਗਰਸ ਚੋਂ ਆਏ ਹੈ ਕੋਈ ਮੰਤਰੀ ਰਿਹਾ ਕੋਈ ਚੇਅਰਮੈਨ ਰਿਹਾ ਕੋਈ ਮੇਅਰ ਰਿਹਾ ਕੋਈ MLA ਰਿਹਾ ਆ ਕਿਤਾਬ ਆ ਇਹਦਾ ਲੇਖਕ ਅਭਿਸ਼ੇਕ ਸ੍ਰੀਵਾਸਤਵ ਪੜ੍ਹ ਲਿਓ ਲੈ ਕੇ ਅਨੁਵਾਦ ਕੀਤਾ ਹਰਜੋਤ ਨੇ ਇਹਦਾ ਸਿਰਲੇਖ ਹੈ ਆਮ ਆਦਮੀ ਦੇ ਨਾਮ ਉੱਤੇ ਭ੍ਰਿਸ਼ਟਾਚਾਰ ਵਿਰੋਧ ਤੋਂ ਰਾਸ਼ਟਰਵਾਦ ਤੱਕ ਦਾ 10 ਸਾਲ ਦਾ ਸਫ਼ਰਨਾਮਾ ਹੈ ਇਹ ਕਿਤਾਬ ਦੇ ਵਿੱਚ ਕੇਜਰੀਵਾਲ ਦਾ ਝੂਠ ਦਾ ਪਲੰਦਾ ਸਾਰਾ ਛਾਪਿਆ ਅਗਲੇ ਨੇ ਪੱਤਰਕਾਰਾਂ ਨੇ ਸਵਾਲ ਕੀਤੇ ਕੇਜਰੀਵਾਲ ਨੂੰ ਕਿ ਤੁਹਾਡੇ ਬਾਰੇ ਕਿਤਾਬ ਲਿਖੀ ਗਈ ਹੈ ਗੱਲ ਹੀ ਗੋਲ ਕਰ ਗਿਆ ਕੋਈ ਕਿਸੇ ਬਾਰੇ ਕਿਤਾਬ ਲਿਖੀ ਜਾਵੇ ਕਹਾਣੀ ਲਿਖੀ ਜਾਵੇ ਫਿਲਮ ਬਣ ਜਾਵੇ ਬੰਦਾ ਮਾਨਹਾਨੀ ਦਾ ਕੇਸ ਕਰਦਾ ਹੈ ਕਚਹਿਰੀ ਚ ਕੜੀਸਾਂ ਲਿਆ ਕੇ ਅਗਲੇ ਨੂੰ ਕੇਜਰੀਵਾਲ ਕਿਉਂ ਨੀ ਕੇਸ ਕਰ ਰਿਹਾ ਇਸ ਬੰਦੇ ਤੇ 10 ਲੱਖ ਰੁਪਇਆ ਨਾਮ ਦਊਂਗਾ ਕਿਸੇ ਬੰਦੇ ਨੇ ਜਿੱਤਣਾ ਹੋਇਆ ਦੱਸ ਦਿਓ 10 ਲੱਖ ਰੁਪਇਆ ਮੇਰੇ ਵੱਲੋਂ ਨਾਮ ਹੈ ਜੋ ਅਖਤਾਰ ਤੱਥ ਹੈ ਸਬੂਤ ਹੈ ਜੋ ਕੇਜਰੀਵਾਲ ਦਾ ਕੱਚਾ ਚਿੱਠਾ ਹੈ ਇਹਨੂੰ ਇੱਕ ਵੀ ਇੱਕ ਸ਼ਬਦ ਨੂੰ ਇੱਕ ਲਾਈਨ ਨੂੰ ਇੱਕ ਇੱਕ ਅੱਖਰ ਨੂੰ ਕੋਈ ਬੰਦਾ ਗਲਤ ਸਾਬਤ ਕਰਦੇ 10 ਲੱਖ ਰੁਪਇਆ ਨਾਮ ਦਊਂਗਾ ਜਿਹੜੇ ਕਹਿੰਦੇ ਆ ਸਾਰਾ ਪੰਜਾਬ ਕੇਜਰੀਵਾਲ ਤੇਰੇ ਨਾਲ ਇੱਕ ਮੌਕਾ ਕੇਜਰੀਵਾਲ ਨੂੰ ਉਹ ਇੱਕ ਬਾਪੂ ਦੀ ਮੈਂਟਰ ਨੂੰ ਸੁਣੀ ਉਹ ਪੱਤਰਕਾਰ ਕਹਿੰਦਾ ਬਾਪੂ ਜੀ ਕੀ ਕਰੋਗੇ ਕਹਿੰਦਾ ਜਿੱਥੇ 60 ਸਾਲ ਦੂਜੇ ਲੁੱਟੀ ਗਏ 5 ਇਹਨਾਂ ਨੂੰ ਲੁਟਾ ਦਿਓ ਪੰਜਾਬ ਪੱਲੇ ਕੀ ਰਹਿ ਗਿਆ ਜੀ ਹੱਡ ਰਹਿ ਗਏ ਹੱਡ ਮਾਸ ਤੇ ਖੂਨ ਅਕਾਲੀਆਂ ਕਾਂਗਰਸਾਂ ਨੇ ਚੂਸ ਲਿਆ ਤੇ ਝੂੜ ਲਿਆ ਬਾਈ ਹੱਡੇ ਖਾ ਜਾਣਗੇ ਦੱਸ ਦਿਓ ਪੰਜਾਬ ਦਾ ਕੋਈ ਪੱਖ ਸਹੀ ਹੈ ਕੋਈ ਠੰਡਾ ਬੁੱਲਾ ਪੰਜਾਬ ਨੂੰ ਆਉਂਦਾ ਹੈ ਚਾਰ ਫੇਰੋ ਪੰਜਾਬ ਘਿਰਿਆ ਹੋਇਆ ਤੱਤੀਆਂ ਹਵਾਵਾਂ ਦੇ ਨਾਲ ਹੈ ਇਸ ਕਰਕੇ ਤੁਹਾਡੇ ਕੋਲੇ ਆਇਆ ਬਾਈ
जेड़े कहते कला कला ही सिवाय डॉक्टरों घेरता रहा है।